ਪਾਕਿਸਤਾਨ ਦਾ ਨੂੰ ਵੈਲਕਮ ਆਨੇ ਆ ਜੀ ਅਦਰ ਅਸੀਂ ਵੀ ਕਾਲਾ ਕਾਲਾ ਕੋਟ ਲੋਨੇ ਐਵੇਂ ਨਹੀਂ ਪਾਇਆ ਮੈਂ ਚਿੱਟਾ ਪਾਇਆ ਸੁਣਦੇ ਹੁੰਦੇ ਸੀ ਕਿ ਪਾਕਿਸਤਾਨ ਵਿੱਚ ਜਾ ਕੇ ਜੋ ਪੰਜਾਬੀਆਂ ਨੂੰ ਪਿਆਰ ਮਿਲਦਾ ਔਰ ਵਾਕਈ ਅੱਜ ਅਸੀਂ ਅੱਖੀ ਆ ਕੇ ਦੇਖ ਲਿਆ ਅੱਜ ਜਿੰਨੀ ਸੰਗਤ ਸੀ ਇਕੱਲੇ ਇਕੱਲੇ ਨੇ 25-25 ਵਾਰੀ ਤਾਂ ਫੋਟੋਆਂ ਕਰਾਈਆਂ ਹੋਣੀਆਂ ਮੇਰੇ ਹੋਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਾਨੂੰ ਅੱਜ ਮੌਕਾ ਮਿਲਿਆ ਪਰਮਾਤਮਾ ਦੀ ਬਲੈਸਿੰਗ ਹੋਈ ਕਿ ਅਸੀਂ ਕਰਤਾਰਪੁਰ ਸਾਹਿਬ ਵਿਖੇ ਪਤਾ ਨਹੀਂ ਜਦੋਂ ਲਾਈਨ ਕ੍ਰੋਸ ਕਰਕੇ ਪੈਰ ਪਾਇਆ ਨਾ ਇੱਧਰ ਆ ਕੇ ਕੁਛ ਪੋਜ਼ਿਟਿਵ ਫੀਲਿੰਗ ਆਈਆਂ ਮਨ ਦੇ ਵਿੱਚ ਕਿ ਕਿਉਂ ਅਸੀਂ ਇੰਨਾ ਦੂਰ ਬੈਠੇ ਇੱਕ ਦੂਜੇ ਚਲੋ ਹਰ ਇੱਕ ਕਲਾਕਾਰ ਨੂੰ ਕਹਿ ਦਿੰਦੇ ਆ ਵੀ ਅਸੀਂ ਤੁਹਾਨੂੰ ਬਹੁਤ ਲਾਈਕ ਕਰਦੇ ਹਾਂ ਸਾਡੇ ਕੋਲ ਆਓ ਅਤੇ ਲੱਗਦਾ ਸੀਗਾ ਵੀ ਜਿੱਦਣ ਜਾਵਾਂਗੇ ਵਾਕਈ ਪਿਆਰ ਕਰਨਗੇ ਪਰ ਅੱਜ ਅੱਖੀ ਦੇਖ ਲਿਆ ਆ ਕੇ ਕਿੰਨੀਆਂ ਫੋਟੋਆਂ ਹੋ ਗਈਆਂ ਬਸ ਸਮਝ ਲਓ ਮੇਰੀ ਸਮਾਈਲ ਮੁੱਕ ਗਈ ਆ ਵਧੀਆ ਦਰਸ਼ਨ ਹੋਏ ਆ ਐਕਸਪਲੇਨ ਨਹੀਂ ਕਰ ਸਕਦੀ ਔਰ ਇੰਨਾ ਪਿਆਰ ਮਿਲਿਆ ਇੱਥੇ ਸਾਨੂੰ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਭੱਲਾ ਸਾਹਿਬ ਨੂੰ ਸ਼ਰਮਾ ਸਾਹਿਬ ਨੂੰ ਉਹਨਾਂ ਦੇ ਨਾਲ ਆਏ ਪੂਰੇ ਪਰਿਵਾਰਕ ਮੈਂਬਰਾਂ ਨੂੰ ਜੀਆਂ ਨੂੰ ਕਹਿੰਦਾ ਔਰ ਧੰਨਵਾਦ ਕਰਦਾ ਹਾਂਜੀ ਦੋਸਤੋ ਸਾਨੂੰ ਲੱਗਦਾ ਸੀ ਵੀ ਅਸੀਂ ਲੇਟ ਹੋ ਗਏ ਹਾਂ ਸਾਨੂੰ 10:15 ਹੋ ਗਏ ਅਤੇ ਸਾਨੂੰ ਇਹ ਵੀ ਜਸਵਿੰਦਰ ਭੱਲਾ ਸਾਹਿਬ ਨੇ ਆਉਣਾ ਕਿਤੇ ਅੰਦਰ ਨਾ ਆ ਗਏ ਹੋਣ ਅਤੇ ਸਾਰਾ ਕੰਪਾਊਂਡ ਛਾਣ ਮਾਰਿਆ ਸਾਨੂੰ ਨਹੀਂ ਲੱਭੇ ਅਤੇ ਮੈਨੂੰ ਲੱਗਦਾ ਵੀ ਉਹ ਹੀ ਲੇਟ ਨੇ ਜਿੱਥੇ ਐਂਟਰੀ ਆ ਉੱਥੇ ਜਾ ਕੇ ਖਲੋਨੇ ਆ ਉੱਥੇ ਉਡੀਕਦੇ ਉਹਨਾਂ ਉੱਧਰੋਂ ਆਉਣਾ ਅਤੇ ਫਿਰ ਅਗਲੀ ਗੱਲਬਾਤ ਹੁੰਦੀ ਹੈ ਲਓ ਜੀ ਇੰਤਜ਼ਾਰ ਦੀ ਘੜੀ ਦੀ ਮੁੱਕ ਅਤੇ ਭੱਲਾ ਸਾਹਿਬ ਗਏ ਆ ਭੱਲਾ ਸਾਹਿਬ ਵੈਲਕਮ ਸਾਹਿਬ ਪਾਕਿਸਤਾਨ ਦਾ ਨੂੰ ਵੈਲਕਮ ਆਨੇ ਆ ਜੀ ਅਦਰ ਅਸੀਂ ਵੀ ਕਾਲਾ ਕਾਲਾ ਕੋਟ ਲੋਨੇ ਐਵੇਂ ਨਹੀਂ ਪਾਇਆ ਮੈਂ ਚਿੱਟਾ ਪਾਇਆ ਚਲੋ ਜੀ ਥੈਂਕ ਯੂ ਬੜੀ ਯਾਰ ਬੜੀ ਦੇਰ ਤੋਂ ਉਮੀਦਾਂ ਸੀ ਕਿ ਕੋਈ ਟਾਈਮ ਆਊਗਾ ਜਦੋਂ ਵੀਜ਼ਾ ਮਿਲੂਗਾ ਅਤੇ ਅਸੀਂ ਦਰਸ਼ਨ ਕਰਾਂਗੇ ਕਰਤਾਰਪੁਰ ਸਾਹਿਬ ਆ ਕੇ ਦਰਸ਼ਨੀ ਡਿਊਟੀ ਤੱਕ ਪਹੁੰਚ ਗਏ ਹਾਂ ਤੁਸੀਂ ਸਾਨੂੰ ਰਿਸੀਵ ਕਰਨਾ ਹੈ ਸਾਡੇ ਲਈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਧੰਨਵਾਦ ਤੁਹਾਡਾ ਜਮ ਜਮ ਆਓ ਰੋਜ਼ ਆਓ ਸਾਰੇ ਆਓ ਔਰ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਸਰਦੀਆਂ ਦੇ ਵਿੱਚ Thank you.
जो भी हुक्म मिले भाई लहणा जी ने सिर मत्थे ते कबूलिया। भाई लहणा जी ने उन्होंने हर गुरु सच करके मनिया क्योंकि भाई लहणा जी जाणदे सन कि नानक अदास उसके जो बोलै यहाँ सच होवै। गुरसिखी की जोर भाई लहणा जी बख्श के भाई लहणा और श्री गुरु देव जी महाराज इसे स्थान से बुलाया ते वापस मंडूर साहब के घर में तो मिला और 22 सितंबर जो समान के समय मुस्लिम इलाका पे संतान का झगड़ा शुरू हो गया। मुस्लिम लीग कहने लगे क्योंकि साढ़े करता साहब का और मैनेजमेंट यूनिट है उन्होंने सिंह साहब को हाथ जोड़ के इंडियन करता वेलकम करना और अरदास करना कि जो आशा लेके जो श्रद्धा लेके ਇਹਨਾਂ ਪਿਆਰਿਆਂ ਸੱਚਾਤੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਜਿਹਨਾਂ ਸਿੰਘਾਂ ਸਿੰਘਾਂ ਨੇ ਤਲਗਰ ਸਿੰਘ ਦਿੱਤੇ ਬੰਨ ਬੰਨ ਪਿਟਵਾਏ ਖੋਪਰੀਆਂ ਕਲਾ ਲੁਹਾਈਆਂ ਚਰਖੀਆਂ ਅਤੇ ਜਿਹੜੇ ਤਨਾਰੇ ਨਾਲ ਚਲਵਾਏ ਗੁਰਦਾਰ ਸਿੰਘ ਬਾਨੀਆਂ ਕੀਤੀਆਂ ਧਰਮੀਆਂ ਹਾਰਿਆ ਸਿੱਖੀ ਤੱਕ ਕਿੱਸਾ ਸੁਹਾਸਾ ਸਿੰਘ ਨੇ ਬਾਈ ਜਿਹਨਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਪੰਜਾਬ ਤੱਕ ਦਾ ਸਰਬੱਤ ਗੁਰਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਾ ਜੀ ਰਿਤ ਮੈਂ ਸਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਭ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਖਿਆ ਰਿਹਾ ਹੈ ਦੇਖ ਦੇਖ ਪਤਾ ਬਿਰਧ ਕੇ ਪੈਰ ਪੰਥ ਕੀ ਜੀ ਸ੍ਰੀ ਸਤਿ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਭ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਿਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਦੇ ਜੁਗਤ ਬਿਡਲ ਧਰਮ ਕਾਲੇ ਕਾਰ ਖਾਲਸਾ ਜੀ ਸਾਹਿਬ ਬੋਲਾ ਜੀ ਸਿੱਖਾਂ ਦਾ ਮਨ ਨੀਵਾ ਦਾਤਿਆ ਮਨ ਨੀਵਾ ਮਤ ਉੱਚੇ ਮਤ ਪਤੇ ਰੱਖਿਆ ਵਾਹਿਗੁਰੂ ਜੀਓ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਂ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਇਹਦੀ ਮਾਇਆ ਦੇ ਮਾਣ ਤੇ ਤਾਣਿਆਂ ਦੇ ਤਾਣ ਨਿਵਟਿਆਂ ਦੀ ਓੜ ਸੱਚੇ ਪਿਤਾ ਸਤਿਗੁਰੂ ਜੀਓ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਿਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਵਿੱਚ ਮਿੱਠੀ ਮਿੱਠੀ ਕੋਲ ਵਿਖੇ ਆਪ ਜੀ ਦੀਆਂ ਗੁਰਸਿੱਖ ਸੰਗਤਾਂ ਆਪ ਜੀ ਦਾ ਆਪਣੇ ਦਾਸ ਬੱਚੇ ਕੁੱਕਰ ਮੇਹਰ ਔਰ ਪਿਤਾ ਭਾਈ ਜਸਵਿੰਦਰ ਸਿੰਘ ਭੱਲਾ ਜੀ ਬਾਲ ਮੁਕੰਦ ਸ਼ਰਮਾ ਜੀ ਇਸ ਟਾਈਮ ਆਪ ਜੀ ਦੀਆਂ ਹੋਰ ਬੇਅੰਤ ਸੰਗਤਾਂ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘੇ ਤੋਂ ਗੁਜ਼ਰ ਕੇ ਆਪ ਜੀ ਦੇ ਪਵਿੱਤਰ ਸਥਾਨ ਦੇ ਖੁੱਲ੍ਹੇ ਦਰਸ਼ਨਾਂ ਦੇ ਦਾਰਿਆਂ ਵਾਸਤੇ ਪਹੁੰਚ ਰਹੀ ਹੈ ਪਿਤਾ ਜੀ ਉਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ ਯਾਤਰਾਵਾਂ ਸਫਲ ਕਰੋ ਪਿਤਾ ਜੀ ਦੇ ਦਾਸ ਬੱਚੇ ਕੁੱਕਰ ਭਾਈ ਜਸਵਿੰਦਰ ਸਿੰਘ ਭੱਲਾ ਜੀ ਅਤੇ ਮੇਰਾ ਪਿਤਾ ਸ਼ਰਮਾ ਸਾਹਿਬ ਜੀ ਆਪਣੇ ਪਰਿਵਾਰਾਂ ਸਮੇਤ ਆਪ ਜੀ ਦਰ 'ਤੇ ਹਾਜ਼ਰ ਹੋ ਕੇ ਸ਼ੁਕਰਾਨੇ ਦੀਆਂ ਅਰਦਾਸਾਂ ਬੇਨਤੀਆਂ ਜੋਤਰੀਆਂ ਕਰਵਾ ਰਹੀਆਂ ਹਨ ਅਤੇ ਆਪ ਜੀ ਨੇ ਤਿੰਨਾਂ ਦੇ ਪਰਿਵਾਰਾਂ ਨੂੰ ਆਪਣੇ ਪਵਿੱਤਰ ਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਣ ਪਿਤਾ ਜੀ ਉਹ ਭਾਈ ਭੱਲਾ ਸਾਹਿਬ ਜੀ ਆਪਣੇ ਸਪੁੱਤਰ ਦੇ ਵਾਸਤੇ ਅਰਦਾਸਾਂ ਜੋਤੀਆਂ ਕਰਾਉਂਦੇ ਹਨ
ਖਾਲੀਆਂ ਝੋਲੀਆਂ ਭਰੋ। अपना कल्चर सेम ते मैनू पता मेरे पर सानू तो अड़ी लगती है बिल्कुल प्यार पैगाम सब सब तो पता नहीं जदों लाइन क्रॉस करके पैर पाया ना इधर आके कुछ पॉजिटिव फीलिंग आई मन दे विच कि क्यों असीं इन्ना दूर बैठे एक दूजे गुरु नानक पातशाह जी की कृपा नाल सानू अज मौका मिलिया परमात्मा की ब्लैसिंग हुई कि असी करतारपुर साहब विखे अज दर्शन करन आए हैं गुरुद्वारा साहब के दर्शन किए परमात्मा का आशीर्वाद तो मिले ही मिले इस तो इलावा जेड़ा सानू अपनिया संगतों का इंडिया दिया संगतों का और पाकिस्तान दिया संगतों का प्यार मिलिया उहदे असी हमेशा ऋणी रहांगे। सुनते होंगे सी कि पाकिस्तान में जाके जो पंजाबियों नूं प्यार मिलता वो बयान तो उपर की गल हुंदी आ और वाकई अज असी अखी आके देख लिया बई मेरा ख्याल अज जिन्नी संगत सी कल कल ने 25-25 बारी तो फोटो कराई होनी मेरे को मैनू लगता बहुत ही बड़ी हो गई मैं इमीग्रेशन इंडिया की इमीग्रेशन तक पहुँचते फोटो करा करा मैं उन्होंने हसदा सी यार मेरी तो समाइल मुक गई थोड़ी जी अगे भी रहन दो मैं अगे जाके फोटो करवानी सानू कितनी खुशी मिली कि साढ़े मित्र जिहड़े इन्नी मुहब्बत करते हैं परमात्मा इस तरह हिंदुस्तान पाकिस्तान का प्यार वधावे ते अपना बार्डर खुल जाए ते मिलते रहिए। वैसे भला साहब लगता है कि इन्ने एक बंदे होंगे कमेंटा तो आइडिया होंगे कि इन्ने लोग चाहते इधर पाकिस्तान चलो हर एक कलाकार कह देंगे भी अब बहुत लाइक करते हैं साढ़े को आओ तो लगता सी जिस दिन जावे वाकई प्यार करेंगे पर अच्छे अखी देख लिया आके कि फोटो हो गई बस समझ लो मेरी समाइल मुक गई अज श्री करतारपुर साहिब लांघे दे राही साढ़े वीर भाई साहब भाई जसविंदर सिंह जी भला जी शर्मा साहब उन्हां दे नाल होर बहुत सारे व्यक्ति जिहड़े ने श्री करतारपुर साहिब दे दर्शन वास्ते आए ने लाइन क्रॉस करके पैर पाया ना इधर आके कुछ पॉजिटिव फीलिंग आई मन दे विच कि क्यों असीं इन्ना दूर बैठे इक दूजे दोस्तों पूरे हिंदुस्तान ते पाकिस्तान आवाम नूं जसविंदर भला मेरे वल्लों नीलू वल्लों छनकाटा तिकड़ी वालों यही सब नू अरदास करते हैं परमात्मा मोहरे वाहगुरु मोहरे अल्लाह मोहरे कि ये जो दोनों मुल्कों के लोगों का आपसी प्यार आ ये होर वधे इन्ना वधे कि जो बॉर्डर किसी दिन दूर हो जाए असी गलवकड़ियाँ पा के दोबारा मिलिए आप प्रोजेक्ट मैनेजमेंट यूनिट पाकिस्तान सिख गुरुद्वारा प्रबंधक कमेटी एवैक्यूटस प्रॉपर्टी बोर्ड पाकिस्तान सरकार और पाकिस्तान समुचिया सिख संगतों वालों जिथे उन्होंने जिया आखते हैं उत्थे उन्हों का धन्यवाद भी करते हाँ
तो लांघे दे राही श्री करतारपुर साहब आके सानू उन्होंने सेवा का मौका बख्शा है। इस कोई शंका नहीं है कि यह लांघा बड़ा पवित्र है, बड़ा मुबारक लांघा है और दोवें धर्मां दे लोग जिते सिख और मुसलमान इतने आते सन उत्त वक्त वक्त धर्मां दे लोग भी अज इतने आके नतमस्तक हो रहे हैं। इन्ने वधिया दर्शन होए एक्सप्लेन नहीं कर सकती और इन्ना प्यार मिले इत्थे सानू कि शब्दों के बयान नहीं किया जा सकता। बाकी सारी साध संगत का सारिया का दिलों धन्यवाद करती हाँ। थैंक यू सो मच। असी दोवें सरकारों का बहुत धन्यवाद करते हाँ इन्हों के उपराले लांघा खुलिया और अज भला साहब के इत्थे आना जिस जिस खेत्र भी गुरसिख पूरी दुनिया जिथे जिथे अपनी अपनी सेवावां निभा रहा है भावें धार्मिक तौर पर ने भावें समाजिक तौर पर ने भावें सोशल तौर पर ने उन्हां वास्ते प्रेरणा है कि यह लांघा जो सिख संगतां जिहड़ियां भारत च वस रही हैं वो किसी कारण वीज़ा ना मिलण के करके वागे दे राही नहीं आ सकदियां वो लांघे दे राही आण इत्थे आके बाबे नानक दी उस धरती नूं मत्था टेकण नतमस्तक होण जिथे गुरु नानक पातशाह ने अपने जीवन का लम्मा समा किरत करो नाम जपो अते नाम वंड के छकण का उपदेश दिता। मैं एक बार फिर आखिर दे विच भला साहब नूं शर्मा साहब नूं उन्हां दे नाल आए पूरे परिवारक मैंबरां नूं जीआं नूं कहिंदा और धन्नवाद करदा हां जिन्हां सोचिया सी कि किन्ना क सानूं उतों की आवाम तो प्यार मिलेगा उतों कितने किन्ने गुणा ज़्यादा जिहड़ा प्यार सानूं दे के वापस भेज रहे हैं। सो मैं हमेशा उन्होंने ऋणी हाँ। बहुत मित्र बने नवें पुराने दोनों मिले जिहड़े साडे नाल राबता सी फेसबुक जरिए इंस्टा जरिए अज इत्थे इकट्ठे होए धन्नवादी हाँ सारिआं दा। Okay. 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 Take care. Take care.